ਪੇਸ਼ਕਸ਼ ਪ੍ਰੋਗਰਾਮ ਮਹਿਫਿਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਦੋਸਤ ਰੀਮਾ ਤੇ ਅੱਜ ਇਸ ਮਹਿਫਿਲ ਨੂੰ ਸਜਾਇਆ ਜਿਹਨੇ ਉਹ ਇੱਕ ਗੋਲ ਮਾਰਦਾ ਤੇ ਦਿਲਾਂ ਦੇ ਵਿਚਕਾਰ ਗੋਲ ਕਰ ਦਿੰਦਾ ਉਹ ਕੋਈ ਹੋਰ ਨਹੀਂ ਹੈ ਉਹ ਹੈ ਰਸ਼ਪਾਲ ਕੰਦੋਲੀਆ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਰੀਮਾ ਜੀ ਜੀ ਇਹ ਜਿਹੜੀ ਤੁਸੀਂ ਕਿੱਕ ਮਾਰ ਕੇ ਤੇ ਦਿਲਾਂ ਦੇ ਵਿਚਕਾਰ ਗੋਲ ਕਰ ਦਿੰਦੇ ਹੋ ਇਸ ਗਾਣੇ ਬਾਰੇ ਥੋੜਾ ਜਿਹਾ ਦੱਸੋਗੇ ਮੈਡਮ ਗਾਣਾ ਤਾਂ ਜਿੱਦਾਂ ਸਾਡੇ ਪਿੰਡ ਦੀ ਟੀਮ ਬਣੀ ਸੀ ਫੁੱਟਬਾਲ ਦੀ ਬੈਠੇ ਬੈਠੇ ਫੁੱਟਬਾਲ ਖੇਡ ਕੇ ਆਏ ਸੀ ਤਾਂ ਮੁੰਡੇ ਮੇਰੇ ਫਰੈਂਡ ਬੈਠੇ ਸੀ ਕਹਿੰਦੇ ਫੁੱਟਬਾਲ ਤੇ ਸੌਂਗ ਤਿਆਰ ਕਰਨਾ ਹੈ ਬੈਠੇ ਬੈਠੇ ਸੌਂਗ ਤਿਆਰ ਕਰ ਲਿਆ ਕੀ ਬਾਤ ਤੇ ਲਿਖ ਲਿਆ ਤੇ ਲਿਖ ਤੋਂ ਬਾਅਦ ਅਸੀਂ ਉਹਦੀ ਡਬਿੰਗ ਕਰਾਤੀ ਯਾਨੀ ਲਿਖਿਆ ਵੀ ਇਸ ਗਾਣੇ ਨੂੰ ਤੁਸੀਂ ਹਾਂਜੀ ਲਿਖਿਆ ਵੀ ਮੈਂ ਇਸ ਸੌਂਗ ਹੋਰ ਕਿਹੜੇ ਕਿਹੜੇ ਗਾਣੇ ਤੁਸੀਂ ਹੁਣ ਤੱਕ ਲਿਖ ਚੁੱਕੇ ਹੋ ਮੈਡਮ ਗੀਤ ਤਾਂ ਮੇਰੇ ਕਾਫੀ ਲਿਖੇ ਹੋਏ ਆ ਜਿਹੜੇ ਨਿਕਲ ਮੇਰੇ ਆਏ ਹੋਏ ਪੰਜਾਬੀ ਸੌਂਗ ਉਹਨਾਂ ਵਿੱਚ ਫਸਟ ਲਵ ਕੈਨੇਡਾ ਸੱਚ ਤਕੜੀ ਦੇ ਨਾਲ ਬਾਬਾ ਨਾਨਕ 13-13 ਤੋਲ ਦਾ ਇੱਕ ਸਾਡੇ ਪਿੰਡ ਦੇ ਵਿੱਚ ਡੇਰਾ ਬਾਬਾ ਕਿਸ਼ਨ ਦਾਸ ਜੀ ਗੰਗਸਰ ਵਾਲੇ ਉਹਨਾਂ ਦਾ ਸੌਂਗ ਆ ਮੇਰੇ ਗੰਗਸਰ ਵਾਲੇ ਗੁਰੂ ਜੀ ਵਰਗਾ ਦੁਨੀਆਂ 'ਤੇ ਕੋਈ ਹੋਰ ਨਹੀਂ ਕਿਉਂਕਿ ਉਹਨਾਂ ਦੇ ਨਾਲ ਸਾਡੇ ਸਾਹ ਚੱਲਦੇ ਆ ਅਤੇ ਉਹਨਾਂ ਦੇ ਬਦੌਲਤੀ ਉਹਨਾਂ ਦੇ ਅਸ਼ੀਰਵਾਦ ਨਾਲ ਸਫ਼ਰ ਚੱਲ ਰਿਹਾ ਜੀ ਇਹ ਗੀਤਕਾਰੀ ਦਾ ਸਫ਼ਰ ਪਹਿਲਾਂ ਸ਼ੁਰੂ ਹੋਇਆ ਜਾਂ ਗਾਇਕੀ ਦਾ ਮੈਡਮ ਗੀਤਕਾਰੀ ਦਾ ਵੀ ਸ਼ੁਰੂ ਤੋਂ ਸੀਗਾ ਜ਼ਿਆਦਾ ਗੀਤਕਾਰ ਦਾ ਸੀਗਾ ਅਤੇ ਉਸ ਤੋਂ ਬਾਅਦ ਸਾਡੇ ਜਿੱਦਾਂ ਪਿੰਡ ਦੇ ਵਿੱਚ ਪਹਿਲਾਂ ਮੰਦਰ ਦੇ ਵਿੱਚ ਭੇਟਾਂ ਹੁੰਦੇ ਹੁੰਦੇ ਸੀਗੇ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਕਰਦੇ ਫਿਰ ਮੇਰੇ ਉਸਤਾਦ ਜਨਾਬ ਰਜਾ ਸਿੰਘ ਜੰਡਿਆਲੇ ਤੋਂ ਉਹਨਾਂ ਤੋਂ ਮੈਂ ਸਿੱਖਣ ਗਿਆ ਲੱਗਿਆ ਉਹ ਸਿੱਖਣ ਤੋਂ ਬਾਅਦ ਫਿਰ ਕਾਫੀ ਤੋਂ ਫਿਰ ਮਾਲਕ ਦੀ ਕਿਰਪਾ ਹੋ ਗਈ ਸੋ ਦੋਸਤਾਂ ਮਿੱਤਰਾਂ ਦੇ ਤੁਹਾਡੇ ਵਰਗੇ ਦੋਸਤਾਂ ਦੇ ਨਾਲ ਸੋ ਅੱਗੇ ਸਫ਼ਰ ਚੱਲ ਰਿਹਾ ਕਿਆ ਬਾਤ ਹੈ ਸਭ ਦੇ ਸਪੋਰਟ ਦੇ ਨਾਲ ਹੀ ਚੱਲ ਜੀ ਜੀ ਸਭ ਦੇ ਪਰ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਪ੍ਰੋਫੈਸ਼ਨਲ ਗਾਇਕੀ ਦਾ ਸਫ਼ਰ ਹੈ ਇਹ ਕਦੋਂ ਤੁਸੀਂ ਸ਼ੁਰੂ ਕੀਤਾ ਔਰ ਪਹਿਲੀ ਐਲਬਮ ਕਿਹੜੀ ਸੀ ਪਹਿਲਾ ਟਰੈਕ ਕਿਹੜਾ ਸੀ ਮੈਡਮ ਇਸ ਗਾਇਕੀ ਸਫ਼ਰ ਨੂੰ ਤਕਰੀਬਨ ਮੇਰੇ ਕੋਲ 10 ਸਾਲ ਹੋ ਗਏ ਪਹਿਲੀ ਮੇਰੀ ਐਲਬਮ ਆਈ ਸੀ ਮੈਂ ਕਮਲੀ ਮਈਆ ਦੀ ਮਾਤਾ ਦੀ ਭੇਟਾਂ ਦੀ ਐਲਬਮ ਸੀ ਅਤੇ ਉਸ ਤੋਂ ਬਾਅਦ ਫਿਰ ਸਿੰਗਲ ਟਰਾਈ ਕੀਤੇ ਆ ਪੰਜਾਬੀ ਸੌਂਗ ਦੇ ਹੁਣ ਮੇਰੀ ਇੱਕ ਧਾਰਮਿਕ ਐਲਬਮ ਹੋ ਆਈ ਸੀ ਖੜਕਾ ਕੁੰਡਾ ਮਈਆ ਦਾ ਇਸ ਤਰ੍ਹਾਂ ਕਰਕੇ ਮੇਰੇ 7-8 ਪੰਜਾਬੀ ਸੌਂਗ ਟਰੈਕ ਸਿੰਗਲ ਟਰੈਕ ਆ ਚੁੱਕੇ ਆ ਜੀ ਖੁਸ਼ੀ ਫਿਲਮਸ ਦੇ ਵਿੱਚ ਤੁਸੀਂ ਅਸੀਂ ਧਾਰਮਿਕ ਗਾਣੇ ਵੀ ਕਰਦੇ ਆ ਇਸ ਤੋਂ ਇਲਾਵਾ ਅਸੀਂ ਪੰਜਾਬੀ ਗਾਣੇ ਨੂੰ ਵੀ ਪ੍ਰਮੋਟ ਕਰਦੇ ਆ ਰਸ਼ਪਾਲ ਕੰਦੋਲੀਆ ਜੀ ਕਦੇ ਕਿਸੇ ਵੇਲੇ ਇਦਾਂ ਹੁੰਦਾ ਹੈ ਕਿ ਜਦੋਂ ਕੋਈ ਗਾਇਕ ਸਿੰਗਰ ਜਿਹੜਾ ਹੈ ਉਹ ਸਫ਼ਰ ਸ਼ੁਰੂ ਕਰਦਾ ਆਪਣਾ ਤੇ ਉਹਨੂੰ ਘਰੋਂ ਬਹੁਤ ਧੱਕੇ ਪੈਂਦੇ ਆ ਜਾਂ ਕੋਈ ਉਹਨੂੰ ਸਪੋਰਟ ਨਹੀਂ ਮਿਲਦੀ ਉਹਨੂੰ ਇਹ ਕਿਹਾ ਜਾਂਦਾ ਕਿ ਛੱਡ ਪਰਾਂ ਕੋਈ ਹੋਰ ਕੰਮ ਕਰ ਲੈ ਜਿਹਦੇ 'ਚ ਤੈਨੂੰ ਕਮਾਈ ਵੀ ਹੋਵੇ ਇਹ ਕਿਹੜਾ ਕੰਮਾਂ 'ਚ ਕੰਮ ਹੈ ਹਾਂਜੀ ਮੈਡਮ ਇਸ ਤਰ੍ਹਾਂ ਦਾ ਹੁੰਦਾ ਹੈ ਘਰ ਦੇ ਵਿੱਚ ਹੁੰਦੇ ਆ ਥੋੜਾ ਬੜਾ ਵੀ ਇਸ ਕੰਮ 'ਚ ਕੀ ਰੱਖਿਆ ਸਾਡੇ ਖਾਸ ਤੌਰ 'ਤੇ ਜੱਟਾਂ ਦੇ ਵਿੱਚ ਤਾਂ ਜ਼ਿਆਦਾ ਹੁੰਦਾ ਸੀ ਹੁਣ ਤਾਂ ਘੱਟ ਗਿਆ ਹੈ ਤੇ ਘਰ ਦੇ ਕਹਿ ਰਹੇ ਸੀ ਕਿਹੜੇ ਚੱਕਰਾਂ 'ਚ ਤੂੰ ਪੈਣਾ ਰਹਿਣ ਦੇ ਬਟ ਫਿਰ ਵੀ ਇੰਨਾ ਨਹੀਂ ਮੇਰੀ ਫੈਮਿਲੀ ਨੇ ਸਪੋਰਟ ਮੇਰੀ ਕਾਫੀ ਕੀਤੀ ਆ ਮੇਰੇ ਯਾਰਾਂ ਦੋਸਤਾਂ ਨੇ ਮਿੱਤਰਾਂ ਨੇ ਜਿਹਨਾਂ ਦੀ ਬਦੌਲਤ ਮੈਂ ਕਰਦਾ ਸ਼ੁਰੂ ਕਰ ਰਿਹਾ ਜਦੋਂ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਮੈਂ ਕੋਈ ਟਰੈਕ ਕਰਨਾ ਮੈਂ ਸਿੰਗਰ ਬਣਨਾ ਹੈ ਤਾਂ ਉਹ ਜਿਹੜਾ ਸਫ਼ਰ ਉਹਦੇ ਵਿੱਚ ਸੰਘਰਸ਼ ਵੀ ਲੁਕਿਆ ਹੁੰਦਾ ਉਹ ਸੰਘਰਸ਼ ਬਾਰੇ ਦੱਸੋ ਸੰਘਰਸ਼ ਮੈਡਮ ਸੰਘਰਸ਼ ਤਾਂ ਹਰ ਇੱਕ ਚੀਜ਼ ਦੇ ਵਿੱਚ ਆ ਆਪਾਂ ਕੋਈ ਵੀ ਕੰਮ ਕਰਦੇ ਹਾਂ ਕੋਈ ਜੌਬ ਕਰਦੇ ਹਾਂ ਕਿਤੇ ਵੀ ਕੁਛ ਕਰਦੇ ਹਾਂ ਸੰਘਰਸ਼ ਸਭ ਤੋਂ ਪਹਿਲਾਂ ਹੁੰਦਾ ਹੈ ਸਫਲਤਾ ਬਾਅਦ ਵਿੱਚ ਹੀ ਮਿਲਦੀ ਹੈ ਸੰਘਰਸ਼ ਤੋਂ ਬਾਅਦ ਸੰਘਰਸ਼ ਤਾਂ ਹੁੰਦਾ ਆ ਸੋ ਘਰ ਦੀ ਪ੍ਰੋਬਲਮ ਵੀ ਹੁੰਦੀ ਆ ਕੋਈ ਕੰਮ ਕਾਰ ਦੀ ਵੀ ਹੁੰਦੀ ਆ ਜਦੋਂ ਕੋਈ ਸਿੰਗਰ ਨਹੀਂ ਉੱਠਦਾ ਨਾ ਉਹਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਉਹਨੇ ਆਪਣਾ ਸਿੰਗਿੰਗ ਵੀ ਚਲਾਉਣੀ ਹੁੰਦੀ ਆ ਤੇ ਆਪਣੇ ਘਰ ਬਾਰੇ ਸੋਚਣਾ ਹੁੰਦਾ ਆ ਬਟ ਫਿਰ ਵੀ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਸਭ ਤਾਂ ਸਹੀ ਚੱਲ ਰਿਹਾ ਜੀ ਪਰ ਇੱਕ ਡੇਲੀ ਰੁਟੀਨ ਹੁੰਦੀ ਆ ਉਹਦੇ ਵਿੱਚੋਂ ਰਿਆਜ਼ ਦੇ ਲਈ ਵਕਤ ਕਿੰਨਾ ਕੁ ਕੱਢ ਲੈਂਦੇ ਹੋ ਤੁਸੀਂ ਰਿਆਜ਼ ਮੈਡਮ ਸਵੇਰ ਨੂੰ ਜਿੱਦਾਂ ਘੰਟਾ ਸਵੇਰ ਨੂੰ ਰਿਆਜ਼ ਕਰਦੇ ਆ ਤੇ ਇੱਕ ਘੰਟਾ ਸ਼ਾਮ ਨੂੰ ਤੇ ਬਾਕੀ ਜਿੱਦਾਂ ਕਿਤੇ ਵੀ ਹੁੰਨੇ ਆ ਗੁਣਗਾਉਂਦੇ ਰਹੀਦਾ ਕੋਈ ਸੌਂਗ ਤਿਆਰ ਕਰ ਲਈਦਾ ਪੰਜਾਬੀ ਜਾਂ ਕਿਤੇ ਵੀ ਕਰ ਲਈਦਾ ਹੈ ਨਾ ਜਦੋਂ ਵੀ ਫ੍ਰੀ ਟਾਈਮ ਮਿਲਦਾ ਆ ਜਾਂ ਆਪਾਂ ਕਿਤੇ ਜਾ ਰਹੇ ਆ ਜਿਹੜੇ ਸੌਂਗ ਹੈ ਨਾ ਤਾਂ ਦਿਮਾਗ ਚੱਲਦੇ ਰਹਿੰਦੇ ਇਹਨਾਂ ਦਾ ਰਿਆਜ਼ ਦਾ ਟਾਈਮ ਹਰ ਟਾਈਮ ਕਹਿ ਸਕਦੇ ਰਿਆਜ਼ ਚੱਲਦਾ ਰਹਿੰਦਾ ਕੋਈ ਇਹੋ ਜਿਹਾ ਗਾਣਾ ਜਿਹੜਾ ਤੁਸੀਂ ਇਕੱਲਿਆਂ ਦੇ ਵਿੱਚ ਗੁਣਗੁਣਾਉਣਾ ਪਸੰਦ ਕਰਦੇ ਹੋ ਸਾਡੇ ਦਰਸ਼ਕਾਂ ਨੂੰ ਸੁਣਾਓ ਹਾਂਜੀ ਗਾਣਾ ਹੈ ਮੇਰਾ ਆਇਆ ਸੀ ਫਸਟ ਲਵ ਤੁਹਾਨੂੰ ਸੁਣਾ ਦੋ ਲੈਣਾ ਦੂਰੋਂ ਦੂਰੋਂ ਤੱਕ ਆਇਓ ਨੂੰ ਕੋਲ ਚਾਹਣੋਂ ਡਰੇ ਦਿਲ ਉਹ ਕੀ ਜਾਣੇ ਕਿੰਨਾ ਉਹਨੂੰ ਪਿਆਰ ਮੇਰਾ ਕਰੇ ਦਿਲ ਦੂਰੋਂ ਦੂਰੋਂ ਤੱਕ ਆਇਓ ਨੂੰ ਕੋਲ ਜਾਣੋਂ ਡਰੇ ਦਿਲ ਉਹ ਕੀ ਜਾਣੇ ਕਿੰਨਾ ਉਹਨੂੰ ਪਿਆਰ ਮੇਰਾ ਕਰੇ ਦਿਲ ਪਹਿਲਾ ਪਹਿਲਾ ਪਿਆਰ ਸਾਡਾ ਪਹਿਲੀ ਨਦਾਨੀ ਏ ਹੱਲੇ ਸਾਡੇ ਪਿਆਰ ਦੀ ਹੱਲੇ ਸਾਡੇ ਪਿਆਰ ਦੀ ਸ਼ੁਰੂ ਹੀ ਕਹਾਣੀ ਹੱਲੇ ਸਾਡੇ ਪਿਆਰ ਦੀ ਸ਼ੁਰੂ ਹੀ ਕਹਾਣੀ ਏ
ਯਾਨੀ ਕਿ ਇਹ ਹੈ ਫਸਟ ਲਵ, ਹੈ ਨਾ? ਹਾਂਜੀ ਫਸਟ ਲਵ। ਔਰ ਫਸਟ ਲਵ ਦੇ ਨਾਲ ਹੀ ਪਿਆਰ ਦੀ ਕਹਾਣੀ ਸ਼ੁਰੂ ਹੋਈ, ਇਸ ਦੇ ਨਾਲ ਹੀ ਤੁਹਾਡੀ ਗਾਇਕ ਬਣਨ ਦੀ ਕਹਾਣੀ ਵੀ ਸ਼ੁਰੂ ਹੋਈ। ਹਾਂਜੀ ਗਾਇਕ ਤਾਂ ਜੀ ਉਸ ਤੋਂ ਪਹਿਲਾਂ ਵੀ ਸੌਂਗ ਤਾਂ ਆਏ ਸੀ ਮੇਰੇ, ਸਟਾਰਟਿੰਗ ਮੇਰੀ ਫੁੱਟਬਾਲ ਸੌਂਗ ਤੋਂ ਹੋਈ ਸੀ ਨਾ। ਜੀ ਜੀ, ਫੁੱਟਬਾਲ ਕੀ ਫੁੱਟਬਾਲ ਗਾਣਾ ਗਾ ਕੇ ਸੁਣਾਓ ਸਾਡੇ ਦਰਸ਼ਕਾਂ ਨੂੰ। ਜ਼ਰੂਰ ਜੀ। ਫੁੱਟਬਾਲ ਦਾ ਖਿਡਾਰੀ ਮੁੰਡਾ ਬੜਾ ਹੀ ਜਵਾਨ, ਹੋ ਰੱਖਦਾ ਇਲਾਕੇ ਵਿੱਚ ਪੂਰੀ ਪਹਿਚਾਣ। ਫੁੱਟਬਾਲ ਦਾ ਖਿਡਾਰੀ ਮੁੰਡਾ ਬੜਾ ਹੀ ਜਵਾਨ, ਰੱਖਦਾ ਇਲਾਕੇ ਵਿੱਚ ਪੂਰੀ ਪਹਿਚਾਣ। ਇੱਕੋ ਵਾਰ ਚ ਗਰਾਉਂਡ ਸਾਰੀ ਪਾਰ ਕਰਦਾ ਨੀ, ਉਹ ਤਾਂ ਗੈਕ ਮਾਰ ਕੇ ਸਿੱਧਾ ਗੋਲ ਦਿਲਾਂ ਦੇ ਵਿੱਚ ਘਰ ਕਰਦਾ ਨੀ, ਮੁੰਡਾ ਕਿੱਕ ਮਾਰ ਕੇ ਸਿੱਧਾ ਗੋਲ ਦਿਲਾਂ ਦੇ ਵਿੱਚ ਘਰ ਕਰਦਾ ਨੀ, ਮੁੰਡਾ ਕਿੱਕ ਮਾਰ ਕੇ। ਮੈਨੂੰ ਤੁਹਾਡੀ ਡੀਡੋਲ ਦੇਖ ਕੇ ਵੀ ਲੱਗ ਰਿਹਾ ਕਿ ਤੁਸੀਂ ਸ਼ਾਇਦ ਫੁੱਟਬਾਲ ਦੇ ਖਿਡਾਰੀ ਵੀ ਹੋ। ਮੈਡਮ ਸ਼ੌਂਕ ਤਾਂ ਹੈਗਾ ਫੁੱਟਬਾਲ ਖੇਡਣ ਦਾ, ਫੁੱਟਦੇ ਖੇਡਦੇ ਵੀ ਰਹੇ ਆ, ਬਟ ਇੰਨਾ ਵੀ ਨਹੀਂ ਕਹਿ ਖਿਡਾਰੀ ਵੀ ਨਹੀਂ ਕਹਿ ਸਕਦੇ, ਲੇਕਿਨ ਸ਼ੌਂਕ ਹੈਗਾ ਫੁੱਟਬਾਲ। ਸ਼ੌਂਕ ਹੈ। ਹੋਰ ਕੀ ਕੀ ਸ਼ੌਂਕ ਨੇ ਤੁਹਾਡੇ? ਹੋਰ ਮੈਡਮ ਸ਼ੌਂਕ ਆ, ਸਭ ਤੋਂ ਜ਼ਿਆਦਾ ਸ਼ੌਂਕ ਤਾਂ ਸਿੰਗਿੰਗ ਦਾ ਆ, ਉਸ ਤੋਂ ਬਾਅਦ ਗੇਮ ਕ੍ਰਿਕਟ ਦਾ ਵੀ ਸ਼ੌਂਕ ਆ, ਕਬੱਡੀ ਦਾ ਵੀ ਸ਼ੌਂਕ ਆ, ਫੁੱਟਬਾਲ ਦਾ ਵੀ ਸ਼ੌਂਕ ਆ। ਅਤੇ ਸਭ ਤੋਂ ਸ਼ੌਂਕ ਮੈਨੂੰ ਇੱਕ ਇਹ ਆ ਵੀ ਜਦੋਂ ਕੋਈ ਗਰੀਬ ਬੰਦਾ ਜਾਂ ਗਰੀਬ ਜਾਨਵਰ ਦੁਖੀ ਹੁੰਦਾ ਨਾ, ਫਿਰ ਮੇਰੇ ਤੋਂ ਵਿਆਹ ਨਹੀਂ ਜਾਂਦਾ। ਸੋਸ਼ਲ ਵਰਕਰ ਵੀ ਹੋ ਤੁਸੀਂ? ਹਾਂਜੀ, ਕੋਸ਼ਿਸ਼ ਕਰਦੇ ਹਾਂ, ਇਹ ਤਾਂ ਕਹਿੰਦੇ ਆ ਸੋਸ਼ਲ ਵਰਕਰ ਹਾਂ ਜਾਂ ਨਹੀਂ, ਬਟ ਇੰਨਾ ਜ਼ਰੂਰ ਆ ਕਿ ਕਿਤੇ ਵੀ ਮੈਨੂੰ ਮਿਲਦਾ ਕੋਈ ਜਾਨਵਰ ਵੱਢਿਆ ਟੁੱਕਿਆ ਜਾਂ ਕੋਈ ਪ੍ਰੋਬਲਮ 'ਚ ਕੋਈ ਇਨਸਾਨ ਬੈਠਾ ਆ, ਕਿਉਂਕਿ ਮੇਰਾ ਇੱਕ ਸੋਚ ਹੈ ਮੇਰੀ ਕਿ ਜੇਕਰ ਆਤਮਾ 'ਚ ਪਰਮਾਤਮਾ ਹੈ, ਬਿਲਕੁਲ, ਜੇ ਕਿਸੇ ਇਨਸਾਨ ਜਾਂ ਜਾਨਵਰ ਦੀ ਆਤਮਾ ਦੁਖੀ ਰਹਿੰਦੀ ਆ ਤਾਂ ਸਾਨੂੰ ਪਰਮਾਤਮਾ ਨਹੀਂ ਮਿਲ ਸਕਦਾ। ਬਿਲਕੁਲ ਜੀ। ਔਰ ਜਦੋਂ ਕਿਸੇ ਦੇ ਚਿਹਰੇ ਤੇ ਤੁਸੀਂ ਮੁਸਕਾਨ ਲੈ ਕੇ ਆਉਂਦੇ ਹੋ, ਕਿਸੇ ਦੇ ਕੰਮ ਆਉਂਦੇ ਹੋ, ਤੇ ਤਾਂ ਹੀ ਸਾਡਾ ਜਿਹੜਾ ਮਨੁੱਖ ਜੀਵਨ ਹੈ ਉਹ ਵੀ ਸਫਲ ਹੋ ਜਾਂਦਾ ਹੈ। ਇਹੀ ਸਾਡੇ ਗੁਰੂਆਂ ਪੀਰਾਂ ਨੇ ਵੀ ਸਾਨੂੰ ਸਮਝਾਇਆ। ਬਿਲਕੁਲ ਬਿਲਕੁਲ। ਜਦੋਂ ਕਿਸੇ ਨੂੰ ਤੁਸੀਂ ਆਪਾਂ ਕਿਸੇ ਦੀ ਹੈਲਪ ਕਰਦੇ ਹੋ ਨਾ, ਉਦੋਂ ਜਿਹੜਾ ਮਨ ਨੂੰ ਸਕੂਨ ਮਿਲਦਾ ਨਾ, ਉਹ ਵੱਖਰਾ ਹੀ ਹੁੰਦਾ ਹੈ। ਜੀ, ਤੁਸੀਂ ਗੱਲ ਕਰਦੇ ਹੋ ਹੈਲਪ ਕਰਨ ਦੀ, ਪਰ ਅਕਸਰ ਆਪਾਂ ਇਹ ਦੇਖਦੇ ਹਾਂ ਕਿ ਜਦੋਂ ਆਪਾਂ ਗਲੈਮਰ ਵਰਲਡ ਦੇ ਵਿੱਚ ਜਾਂਦੇ ਹਾਂ ਜਾਂ ਗਾਇਕੀ ਦੀ ਦੁਨੀਆ ਦੇ ਵਿੱਚ ਕਹਿ ਲਓ, ਉੱਥੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਤੁਹਾਡੀਆਂ ਜੜ੍ਹਾਂ ਵੱਢਣ ਦੇ ਵਿੱਚ ਲੱਗੇ ਹੁੰਦੇ ਆ। ਤੁਹਾਡਾ ਦੇਰ ਕਾਫ਼ੀ ਕੋਮਲ ਹੈ, ਤੁਸੀਂ ਕਹਿੰਦੇ ਹੋ ਕਿ ਇਨਸਾਨ ਇਨਸਾਨ ਦੇ ਕੰਮ ਆਉਣਾ ਚਾਹੀਦਾ, ਪਰ ਅਕਸਰ ਆਪਾਂ ਇਹ ਵੀ ਦੇਖਦੇ ਹਾਂ ਕਿ ਇਸੇ ਹੀ ਫੀਲਡ ਦੇ ਵਿੱਚ ਇਹੋ ਜਿਹੇ ਲੁਕੇ ਹੋਏ ਲੋਕ ਵੀ ਨੇ। ਕਦੇ ਤੁਹਾਡਾ ਇੱਦਾਂ ਦਾ ਵਾਸਤਾ ਪਿਆ ਕਿਸੇ ਨਾਲ? ਮੈਡਮ ਪਤਾ ਕੀ ਹੈ, ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਆ, ਜਦੋਂ ਤੁਸੀਂ ਸਕਸੈਸਫੁਲ ਹੋਣ ਲੱਗਦੇ ਆ, ਉਦੋਂ ਤੁਹਾਡੀਆਂ ਜੜ੍ਹਾਂ ਫੜਨ ਵਾਲੇ ਤਾਂ ਬਹੁਤ ਹੁੰਦੇ ਆ, ਕਿਉਂਕਿ ਇਨਸਾਨ ਹਰ ਤਰ੍ਹਾਂ ਦੇ ਹੁੰਦੇ, ਪਰ ਜੜ੍ਹਾਂ ਦੇ ਨਾਲ ਨਾਲ ਤੁਹਾਡੇ ਨਾਲ ਖੜਨ ਵਾਲੇ ਇਨਸਾਨ। ਮੈਂ ਉਸੇ ਗੱਲ ਤੇ ਵਾਪਸ ਆ ਰਹੀ ਸੀ ਕਿ ਸਪੋਰਟ ਕਰਨ ਵਾਲਾ ਜਿਹੜਾ, ਉਹ ਜੜ੍ਹਾਂ ਵੱਡੇ ਨਾਲੋਂ ਜ਼ਿਆਦਾ ਵੱਡਾ। ਬਿਲਕੁਲ ਬਿਲਕੁਲ। ਤੇ ਉਹ ਸਪੋਰਟਰਸ ਤੁਹਾਡੇ ਕੌਣ ਨੇ ਜਿਹੜੇ ਤੁਹਾਡੇ ਨਾਲ ਹਰ ਦਮ ਖੜਦੇ ਨੇ? ਇਹ ਸਪੋਰਟਰ ਮੈਡਮ ਮੇਰੇ ਜਿੱਦਾਂ ਫਰੈਂਡ ਆ ਕਾਫੀ ਆ, ਤੇ ਸਾਡੇ ਹਰਮੇਸ਼ ਭਾਜੀ ਹੋਣੀ ਆ ਖੁਸ਼ ਫਿਲਮਸ ਵਾਲੇ, ਇਹ ਵੀ ਮੇਰੀ ਕਾਫੀ ਸਪੋਰਟ ਕਰਦੇ ਆ। ਸੋ ਇਸ ਤੋਂ ਇਲਾਵਾ ਜਿੰਨੇ ਵੀ ਮੇਰੇ ਦੋਸਤ ਆ ਜੋ ਮੇਰੇ ਨਾਲ ਖੜਦੇ ਆ, ਜਦੋਂ ਕੋਈ ਪ੍ਰੋਬਲਮ ਹੁੰਦੀ ਜਾਂ ਅਸੀਂ ਸੋਸ਼ਲ ਵਰਕ ਦਾ ਕੋਈ ਕੰਮ ਸ਼ੁਰੂ ਕਰਦੇ ਆ, ਤੇ ਉਹ ਮੇਰੀ ਹੈਲਪ ਕਰਦੇ ਆ, ਤੇ ਮੇਰੇ ਜੋ ਬਾਹਰ ਬੈਠੇ ਆ ਮੇਰੇ ਵੀਰ ਭੈਣ ਭਰਾ, ਤੇ ਉਹ ਮੇਰੇ ਸਾਥ ਦਿੰਦੇ ਆ ਜੀ ਬਹੁਤ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰਾ ਜਿਹੜਾ ਪਿੰਡ ਕੰਦੋਲਾ ਕਲਾਂ ਹੈ ਨਾ, ਇੱਕ ਮੇਰਾ ਸੁਪਨਾ ਆਇਆ ਕਿ ਮੈਂ ਜੇਕਰ ਕੰਦੋਲਾ ਕਲਾਂ ਦਾ ਨਾਂ ਰੋਸ਼ਨ ਕਰ ਸਕਾਂ ਤੇ ਮੇਰੀ ਖੁਸ਼ਨਸੀਬੀ ਹੋਵੇ ਜੀ। ਮੈਂ ਉਹ ਪੁੱਛਣਾ ਵੀ ਸੀ ਕਿ ਜਿਹੜਾ ਰਸ਼ਪਾਲ ਕੰਦੋਲੀਆ ਦੇ ਨਾਮ ਇਹ ਤਖੱਲੁਸ ਹੈ, ਇਹਦਾ ਕੀ ਰਾਜ਼ ਹੈ? ਸਿਰਫ ਰਾਜ ਜੀ ਦਾ ਇਹੀ ਹੈ ਕਿ ਰਸ਼ਪਾਲ ਕੰਦੋਲਾ ਸੀ ਪਹਿਲਾਂ, ਰਸ਼ਪਾਲ ਕੰਦੋਲਾ ਮੇਰਾ ਪਿੰਡ ਹੈ, ਕਿਉਂਕਿ ਮੈਂ ਆਪਣੇ ਪਿੰਡ ਨੂੰ ਬੜਾ ਲੜਦਾ ਹਾਂ, ਤੇ ਮੇਰੇ ਉਸਤਾਦ ਜੀ ਜਨਾਬ ਰਜਾ ਸਿੰਘ ਜੀ ਉਹਨਾਂ ਨੇ ਕੰਦੋਲਾ ਤੋਂ ਕੰਦੋਲੀਆ ਕਰ ਦਿੱਤਾ, ਉਹਨਾਂ ਨੇ ਕੰਦੋਲੀਆ ਲਗਾ ਦਿੱਤਾ ਹੈ ਜੀ, ਮਤਲਬ ਸਿਰਫ ਪਿੰਡ ਦਾ ਨਾਮ ਕਰਕੇ ਕੰਦੋਲਾ ਜੀ ਜੀ। ਕੋਈ ਇਹੋ ਜਿਹਾ ਆਈਡਲ ਹੋਵੇ ਤੁਹਾਡਾ ਜਿਹਦੇ ਵਰਗੇ ਤੁਸੀਂ ਬਣਨਾ ਚਾਹੁੰਦੇ ਹੋ? ਆਈਡਲ ਸੀ ਮਨਮੋਹਨ ਵਾਰਸ ਜੀ ਹੋਣੀ ਭਾਜੀ, ਕਮਲ ਹੀਰ ਭਾਜੀ, ਤੇ ਬੱਬੂ ਮਾਨ ਭਾਜੀ, ਮੈਂ ਉਹਨਾਂ ਦਾ ਜਾਨੀ ਕਿ ਕਾਫੀ ਮੈਂ ਉਹਨਾਂ ਨੂੰ ਲਾਈਕ ਕਰਦਾ, ਫੈਨ ਉਹਨਾਂ ਦਾ ਕਾਫੀ, ਉਹਨਾਂ ਦੇ ਮੈਨੂੰ ਜੋ ਸੌਂਗ ਹੈ ਉਹਨਾਂ ਦੇ ਗਾਣੇ ਨੂੰ ਸੋਚ ਰਿਹਾ ਹਾਂ, ਬਾਕੀ ਬਣਾਉਣ ਦਾ ਪਰਮਾਤਮਾ ਨੇ। ਤੁਸੀਂ ਗਾ ਕੇ ਸੁਣਾ ਸਕਦੇ ਹੋ? ਤੁਹਾਨੂੰ ਮੈਂ ਥੋੜ੍ਹਾ ਜਿਹਾ ਬੱਬੂ ਮਾਨ ਜੀ ਦਾ ਸੌਂਗ ਸੁਣਾ ਜੀ ਜੀ। ਅੱਜ ਉਹ ਸੌਂਗ ਸੀ ਉਹ, ਅੱਜ ਦਿਨ ਹਸ਼ਰ ਦਾ ਬੇ ਕੱਲ ਮੈਂ ਨਹੀਂ ਰਹਿਣਾ, ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ, ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ, ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ, ਤੂੰ ਅੱਗੇ ਵਧਿਆ ਨੀ ਤੈਨੂੰ ਫਰਕ ਨਹੀਂ ਪੈਣਾ, ਮੈਂ ਪਿੱਛੇ ਮੁੜ ਗਿਆ ਮੇਰਾ ਕੱਖ ਨਹੀਂ ਰਹਿਣਾ। ਕਿਆ ਬਾਤ ਹੈ, ਕੋਈ ਦਿਲ ਤੇ ਡੂੰਘੀ ਸੱਟ ਵੀ ਇਦਾਂ ਦੀ ਲੱਗੀ ਹੈ ਜਿਹਦੇ ਕਰਕੇ ਇਹੋ ਜਿਹਾ ਗਾਣਾ ਤੁਸੀਂ ਚੂਜ਼ ਕੀਤਾ? ਮੈਡਮ ਸੱਟ ਦੀ ਤਾਂ ਕੋਈ ਗੱਲ ਨਹੀਂ ਹੁੰਦੀ, ਜਦੋਂ ਕੋਈ ਵੀ ਸਿੰਗਰ ਹੈ ਜਾਂ ਰਾਈਟਰ ਹੈ ਨਾ, ਉਹ ਹੱਥ ਨਾਲ ਸੌਂਗ ਲਿਖਦਾ ਹੈ, ਗਾਉਂਦਾ ਵੀ ਆ,
ਪਰ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਸੱਟਾਂ ਲੱਗੀਆਂ ਕਿਉਂਕਿ ਸੰਦਿਆ ਅਤੇ ਸੌਂਗ ਜਿੱਦਾਂ ਕਾਫੀ ਹੁੰਦੇ ਆ ਜਿੱਦਾਂ ਕੋਈ ਰਾਈਟਰ ਉਹਨਾਂ ਨੇ ਲਿਖਣਾ ਹੁੰਦਾ ਉਹਨੇ ਦੂਆ ਲਿਖਣਾ ਤਾਂ ਬਦਮਾਸ਼ੀ ਵਾਲਾ ਵੀ ਲਿਖਣਾ ਹੁੰਦਾ ਆ ਸੈਡ ਸੌਂਗ ਵੀ ਲਿਖਣਾ ਹੁੰਦਾ ਆ ਰੋਮਾਂਟਿਕ ਵੀ ਸੌਂਗ ਲਿਖਣਾ ਹੁੰਦਾ ਆ ਉਹ ਹਰ ਤਰ੍ਹਾਂ ਦੀ ਸੋਚ ਨਹੀਂ ਕਰਦਾ ਮੈਂ ਕਰੈਕਟਰ ਵੀ ਹਾਂ ਅਤੇ ਇੱਕ ਛੋਟਾ ਮੋਟਾ ਸਿੰਗਰ ਜੀ 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 ਗਾਇਕੀ ਤੋਂ ਗੀਤਕਾਰੀ ਵੱਲ ਆਉਂਦੇ ਆ ਤੁਸੀਂ ਕਿਸ ਕਿਸ ਤਰ੍ਹਾਂ ਦੇ ਗਾਣੇ ਲਿਖੇ ਹੋਏ ਗਾਣੇ ਜਿੰਨੇ ਤਕਰੀਬਨ ਮੈਡਮ ਮੈਂ ਗਾਇਆ ਤਕਰੀਬਨ ਸਾਰੇ ਮੇਰੇ ਹੀ ਸੌਂਗ ਆਪਣੇ ਸਾਹਿਬ ਲਿਖੇ ਹੋਏ ਮੇਰੇ ਸੌਂਗ ਤੇ ਸਭ ਤੋਂ ਵੱਡੀ ਗੱਲ ਇਹ ਹੈ ਸੌਂਗ ਲਿਖੇ ਵੀ ਨਹੀਂ ਕਹਿ ਸਕਦਾ ਕਿ ਸੌਂਗ ਮੇਰੇ ਮਾਈਂਡ ਦੇ ਵਿੱਚ ਹੀ ਫਿਰ ਰਹੇ ਆ ਹਾਂਜੀ ਤੇ ਇਹ ਮੇਰਾ ਇੱਕ ਸ਼ੌਂਕ ਆ ਵੀ ਮੈਂ ਸੋਚਦਾ ਹੁੰਦਾ ਕਿ ਮੈਨੂੰ ਕੀ ਲਿਖਣਾ ਆ ਕਿਸੇ ਲੜਕੀ ਬਾਰੇ ਜਾਂ ਗੁਰੂ ਬਾਬਾ ਜੀ ਬਾਰੇ ਹਨਾ ਤੇ ਉਹ ਜੋ ਸੋਚ ਆ ਉਹ ਸੋਚ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਹਮੇਸ਼ਾ ਤੁਸੀਂ ਜਦੋਂ ਕਿਹਾ ਕਿ ਤੁਹਾਡੇ ਦਿਮਾਗ ਦੇ ਵਿੱਚ ਸੋਚ ਚੱਲਦੀ ਰਹਿੰਦੀ ਹੈ ਬਹੁਤ ਸਾਰੇ ਇਹੋ ਜਿਹੇ ਗੀਤਕਾਰ ਵੀ ਨੇ ਜੋ ਗੀਤਕਾਰੀ ਦੇ ਨਾਮ ਤੇ ਕੁਝ ਵੀ ਪਰੋਸ ਦਿੰਦੇ ਆ ਤੇ ਤੁਹਾਨੂੰ ਕੀ ਲੱਗਦਾ ਹੈ ਉਹ ਕਿਸ ਹੱਦ ਤੱਕ ਜਾਇਜ਼ ਹੈ ਦੇਖੋ ਮੈਡਮ ਲੋਕ ਜੋ ਚਾਹੁੰਦੇ ਆ ਲਿਖਦਾ ਪਰ ਇੰਨਾ ਵੀ ਗਲਤ ਰੌਂਗ ਨਾ ਲਿਖੋ ਕਿ ਤੁਹਾਡੇ ਚ ਫੈਮਿਲੀ ਚ ਬੈਠ ਕੇ ਤੁਹਾਨੂੰ ਸੁਣਨਾ ਮੁਸ਼ਕਲ ਹੈ ਤੁਹਾਡੀ ਫੈਮਿਲੀ ਬੈਠੀ ਹੈ ਆਪਾਂ ਸਾਰਿਆਂ ਦੇ ਘਰਾਂ ਚ ਭੈਣਾਂ ਭਰਾਵਾਂ ਵਾਲੇ ਸਾਰੇ ਆਪਣੇ ਨਾ ਫੈਮਿਲੀ ਵਿੱਚ ਹੁੰਦੇ ਆ ਸੌਂਗ ਹਮੇਸ਼ਾ ਉਹੋ ਜਿਹਾ ਲਿਖੋ ਜਿਹੜੇ ਅਸੀਂ ਆਪਣੀ ਫੈਮਿਲੀ ਚ ਲਿਖ ਸਕ ਬੈਠ ਕੇ ਗਾ ਸਕੀਏ ਲਿਖ ਸਕੀਏ ਉਹੋ ਜਿਹਾ ਸੌਂਗ ਮੇਰੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਜੀ ਹੁਣ ਗਾਇਕ ਵੀ ਹੋ ਤੁਸੀਂ ਤੇ ਗੀਤਕਾਰ ਵੀ ਹੋ ਟੈਲੈਂਟ ਤੁਹਾਡੇ ਚ ਥਾ ਸੋਸ਼ਲ ਵਰਕਰ ਵੀ ਹੋ ਹੈ ਨਾ ਇਸ ਤੋਂ ਇਲਾਵਾ ਤੁਸੀਂ ਫੁੱਟਬਾਲ ਕਬੱਡੀ ਪਤਾ ਨਹੀਂ ਕੀ ਖੇਡ ਲੈਂਦੇ ਹੋ ਯਾਨੀ ਕਿ ਤੁਸੀਂ ਪੈਕਟ ਹੋ ਪੂਰਾ ਐਂਟਰਟੇਨਮੈਂਟ ਦਾ ਤੇ ਜੇ ਮੈਂ ਕਹਾਂ ਕਿ ਸਭ ਤੋਂ ਜ਼ਿਆਦਾ ਪਿਆਰ ਕਿਸ ਚੀਜ਼ ਦੇ ਨਾਲ ਹੈ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਪਿਆਰ ਹੈ ਨਾ ਮੈਂ ਇੱਕੋ ਕਹਿੰਦਾ ਕਿ ਮੇਰੇ ਗੰਗਸਰ ਵਾਲੇ ਬਾਬਾ ਜੀ ਆ ਉਹਨਾਂ ਤੋਂ ਬਾਅਦ ਵੀ ਮੈਨੂੰ ਕੋਈ ਪਿਆਰਾ ਨਹੀਂ ਹੈਗਾ ਉਸ ਤੋਂ ਬਾਅਦ ਮੇਰੀ ਸਿੰਗਿੰਗ ਆਉਂਦੀ ਆ ਉਸ ਤੋਂ ਬਾਅਦ ਹੀ ਮੈਨੂੰ ਸ਼ੋਰ ਦਿਸਦਾ ਆ ਸਿੰਗਿੰਗ ਤੇ ਵਾਪਸ ਆਉਂਦੇ ਆ ਤੇ ਕੋਈ ਗਾਣਾ ਦੇ ਸੀ ਸੁਣਾਗੇ ਜ਼ਰੂਰ ਫੇ ਹਾਂਜੀ ਬਿਲਕੁਲ ਬਾਬਾ ਜੀ ਦਾ ਜੋ ਸੌਂਗ ਮੇਰਾ ਪਹਿਲਾਂ ਆਇਆ ਸੀ ਨਾ ਤੁਹਾਨੂੰ ਨਜ਼ਰ ਕਰਦਾ ਅਸੀਂ ਤੇਰੇ ਵਿੱਚ ਰੱਬ ਵੇਖ ਲਿਆ ਕਿਸੇ ਹੋਰ ਰੱਬ ਦੀ ਸਾਨੂੰ ਲੋੜ ਨਹੀਂ ਮੇਰੇ ਗੰਗਸਰ ਵਾਲੇ ਗੁਰੂ ਜੀ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਮੇਰੇ ਗੰਗਸਰ ਵਾਲੇ ਗੁਰੂ ਜੀ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਬਹੁਤ ਖੁਸ਼ੀ ਆ ਲਾਈਵ ਵੀ ਤੁਸੀਂ ਪਰਫਾਰਮ ਕੀਤਾ ਜੀ ਹਾਂ ਜੀ ਲਾਈਵ ਕਿੱਥੇ ਕਿੱਥੇ ਤੁਸੀਂ ਪਰਫਾਰਮ ਕਰ ਚੁੱਕੇ ਹੁੰਦਾ ਮੈਡਮ ਲਾਈਵ ਤਾਂ ਹੁਣ ਜਿੱਦਾਂ ਕਾਫੀ ਜਗ੍ਹਾ ਕੀਤਾ ਤਾਂ ਤੇ ਕਾਫੀ ਜਗ੍ਹਾ ਪਰਫਾਰਮੈਂਸ ਕੋਈ ਇਹੋ ਜਿਹਾ ਮੂਮੈਂਟ ਹੋਵੇ ਜਿਹੜਾ ਤੁਹਾਨੂੰ ਯਾਦ ਰਿਹਾ ਹੋਵੇ ਉਹ ਪਰਫਾਰਮੈਂਸ ਯਾਦ ਵੀ ਹੋਵੇ ਹੁਣ ਮੇਰਾ 11 ਤਰੀਕ ਨੂੰ ਜਾਗਰਣ ਸੀ ਪਿੰਡ ਬਾੜਾ ਸਿੱਧਪੁਰ ਵਿੱਚ ਸਲਾਨਾ ਪਿੰਡ ਦਾ ਸੀ ਉੱਥੇ ਲੋਕ ਬੜਾ ਪਿਆਰ ਕਰਦੇ ਆ ਤੇ ਉਹਨਾਂ ਤੋਂ ਇੰਨਾ ਅਥਾਹ ਪਿਆਰ ਮਿਲਿਆ ਨਾ ਜੋ ਮੈਂ ਸੱਚੀ ਉਹਨਾਂ ਦਾ ਰੇਣੀ ਉਹਨਾਂ ਨੇ ਇੰਨਾ ਪਿਆਰ ਇੰਨੀ ਠੰਡ ਸੀ ਉਸ ਦਿਨ ਕਿ ਧੁੰਦ ਇੰਨੀ ਪਈ ਹੋਈ ਸੀਗੀ ਚਾੜਨੀਆਂ ਵੀ ਚੁੰਦੀਆਂ ਪਈਆਂ ਸੀ ਕਨਾਤਾਂ ਵੀ ਚੋ ਰਹੀਆਂ ਸੀ ਪਰ ਉਹ ਲੋਕ ਜਿਹੜੇ ਆ ਐਂਡ ਤੱਕ ਬੈਠੇ ਰਹੇ ਪੂਰਾ ਜਾਗਰਨ ਸੁਣਦੇ ਰਹੇ ਉਹ ਠੰਡ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਨੱਚਦੇ ਰਹੇ ਗਾਉਂਦੇ ਰਹੇ ਸੋ ਮੈਨੂੰ ਉਹ ਹਮੇਸ਼ਾ ਯਾਦ ਰਹੇ ਇੱਕ ਸਿੰਗਰ ਦੇ ਵਿੱਚ ਕਾਬਲੀਅਤ ਹੁੰਦੀ ਹੈ ਕਿ ਉਹ ਆਪਣੀ ਆਡੀਅੰਸ ਨੂੰ ਬੰਨ ਕੇ ਰੱਖੇ ਔਰ ਉਹ ਕਿਤੇ ਉਹਨਾਂ ਨੂੰ ਹਿੱਲਣ ਨਾ ਦੇਵੇ ਤੁਸੀਂ ਵੀ ਮੇਰੇ ਖਿਆਲ ਦੇ ਨਾਲ ਇਸੇ ਤਰੀਕੇ ਦੇ ਨਾਲ ਇਸੇ ਗੁਣ ਦੇ ਨਾਲ ਭਰੇ ਹੋਏ ਹੋ ਤਾਂ ਕਰਕੇ ਤੁਹਾਡੇ ਜਿਹੜੇ ਲਿਸਨਰਸ ਨੇ ਉਸ ਵੇਲੇ ਉੱਤੇ ਬੈਠੇ ਨੇ ਸ਼ਰੋਤਾ ਤੁਹਾਨੂੰ ਸੁਣਦੇ ਰਹੇ ਹਾਂਜੀ ਇਹ ਜਾਗਰਣ ਦਾ ਇਦਾਂ ਹੁੰਦਾ ਜੀ ਇੱਕ ਭਗਤੀ ਲਹਿਰ ਹੁੰਦੀ ਹੈ ਮਾਤਾ ਰਾਣੀ ਦੀ ਤੇ ਲਹਿਰ ਦੇ ਨਾਲ ਕਦੀ ਵਾਰੀ ਇਦਾਂ ਹੁੰਦਾ ਪਰ ਕੋਈ ਗੱਲ ਇਹੋ ਜੀ ਮਨੋਰੰਜਨ ਦੀ ਵੀ ਕਰਨੀ ਪੈਂਦੀ ਵਿੱਚ ਕਰਨੀ ਆਡੀਅੰਸ ਨਾਲ ਜੁੜੀ ਰਹੇ ਸੋ ਇਹਨਾਂ ਗੱਲਾਂ ਦੇ ਨਾਲ ਹੀ ਮਹਾਮਾਜੀ ਮਾਤਾ ਰਾਣੀ ਦੀ ਕਿਰਪਾ ਹੁੰਦੀ ਹੈ ਤੇ ਲੋਕ ਕਰਨਾ ਚਾਹੁੰਦੇ ਨੇ ਇੱਕ ਨਾ ਸਾਡੇ ਪੰਜਾਬੀਆਂ ਨੂੰ ਆਦਤ ਹੈ ਔਰ ਉਹਨਾਂ ਨੂੰ ਇਹ ਲੱਗਦਾ ਹੈ ਵੀ ਪੰਜਾਬ ਤੇ ਕੈਨੇਡਾ ਦੇ ਵਿੱਚ ਨਾ ਇੱਕ ਨਹਿਰ ਵਗਦੀ ਹੋ ਕਦੀ ਇੱਧਰ ਨੂੰ ਚਲ ਜਾਈਏ ਕਦੀ ਉੱਧਰ ਨੂੰ ਚਲ ਜਾਈਏ ਹੈਨਾ ਇਹਦਾ ਜ਼ਿਕਰ ਮੈਂ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ ਇਸ ਲਈ ਕਹਿ ਰਹੀ ਹਾਂ ਕਿਉਂਕਿ ਕੈਨੇਡਾ ਸੌਂਗ ਇਹਨਾਂ ਦਾ ਆਇਆ ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਮੈਡਮ ਕੈਨੇਡਾ ਸੌਂਗ ਦਾ ਜਿਹੜਾ ਮੇਰਾ ਸੌਂਗ ਹੈ ਨਾ ਕੈਨੇਡਾ ਉਹਦੇ ਵਿੱਚ ਇੱਕ ਇਹ ਦੱਸਿਆ ਕਿ ਇੱਕ ਇੱਧਰ ਰਿਹਾ ਕੋਈ ਮੁੰਡਾ ਗਰੀਬ ਘਰ ਦਾ ਤੇ ਇੱਕ ਲੜਕੀ ਕੈਨੇਡਾ ਤੋਂ ਆਉਂਦੀ ਹੈ ਉਹਨੂੰ ਕਹਿ ਰਹੀ ਹੈ ਕਿ ਵੀ ਤੂੰ ਮੇਰੇ ਨਾਲ ਮੈਰਿਜ ਨੂੰ ਪ੍ਰਪੋਜ਼ ਕਰਦੀ ਮੁੰਡੇ ਨੂੰ ਬਟ ਉਹ ਮੁੰਡਾ ਹਾਲਾਤ ਦੱਸ ਰਿਹਾ ਕਿ ਮੇਰੇ ਫੈਮਿਲੀ ਦੇ ਹਾਲਾਤ ਇਹੋ ਜਿਹੇ ਆ ਤੂੰ ਇਹਨਾਂ 'ਚ ਨਹੀਂ ਰਹਿ ਸਕਦੀ ਵੀ ਤੇਰਾ ਜਿੱਥੇ ਤੁਸੀਂ ਜਾ ਰਹੇ ਹੋ ਮੇਰੇ ਲਈ ਸੁਪਨਾ ਹੈ ਤੇ ਉਹ ਗਾਣਾ ਥੋੜਾ ਜਿਹਾ ਗਾ ਕੇ ਸੁਣਾਉਂਗੀ ਜੀ ਜ਼ਰੂਰ ਜੀ ਹਾਂਜੀ ਉਹ ਗੀਤ ਹੈ ਤੇਰੇ ਸੁਪਨੇ ਬੜੇ ਸੋਹਣੀਏ ਵੱਡੇ ਨੀ ਤੂੰ ਜਿਨਾ ਖੰਭਾਂ ਨਾਲ ਉੱਡਦੀ ਉਹ ਸਾਨੂੰ ਲੱਗੇ ਤੇਰੇ ਸੁਪਨੇ ਬੜੇ ਸੋਹਣੀਏ ਵੱਡੇ ਨੀ ਤੂੰ ਜਿਨਾ ਖੰਭਾਂ ਨਾਲ ਉੱਡਦੀ ਉਹ ਸਾਨੂੰ ਲੱਗੇ ਅਸੀਂ ਪੇਂਡੂ ਸਿੱਧੇ ਸਾਦੇ ਆ ਅਸੀਂ ਪੇਂਡੂ ਸਿੱਧੇ ਸਾਦੇ ਆ ਨੀ ਤੇਰਾ ਵਾਸਾ ਵਿੱਚ ਅੰਗਰ ਜਾਣੀ
ਤੇਰਾ ਆਉਣਾ ਜਾਣਾ ਜਿੱਥੇ ਲੱਗਿਆ ਰਹਿੰਦਾ ਯਾਰਾਂ ਲਈ ਸੁਪਨਾ ਉਹ ਕਨੇਡਾ ਨੀ ਤੇਰਾ ਆਉਣਾ ਜਾਣਾ ਜਿੱਥੇ ਲੱਗਿਆ ਰਹਿੰਦਾ ਯਾਰਾਂ ਲਈ ਸੁਪਨਾ ਉਹ ਕਨੇਡਾ ਨੀ ਕਦੀ ਏਦਾਂ ਹੋਇਆ ਵੀ ਕੋਈ ਜੀ ਕੀਤਾ ਹੋਵੇ ਕੋਈ ਕਨੇਡਾ ਤੋਂ ਆਵੇ ਜਾਂ ਫਿਰ ਕਿਤੇ ਹੋਰ ਮਤਲਬ ਦਿਲ ਦੇ ਵਿੱਚ ਕੋਈ ਏਦਾਂ ਦੀ ਖੁਆਇਸ਼ ਖੁਆਇਸ਼ਾਂ ਮੈਡਮ ਸੀਗੀਆਂ ਕਨੇਡਾ ਦੀਆਂ ਪਹਿਲਾਂ ਬਾਹਰਲੀਆਂ ਸੀਗੀਆਂ ਸਾਰੀਆਂ ਹੁਣ ਉਹ ਖੁਆਇਸ਼ਾਂ ਮਰ ਗਈਆਂ ਹੁਣ ਜਿਹੜੀਆਂ ਉਹ ਖੁਆਇਸ਼ਾਂ ਉਹ ਸਿੰਗਿੰਗ ਰਾਹੀਂ ਪੂਰੀਆਂ ਕਰਾਂ ਕਨੇਡਾ ਜਾਣ ਦੀਆਂ ਚਾਹੇ ਕੋਈ ਵੀ ਆ ਮੇਰੇ ਵੀ ਸਮ ਟਾਈਮ ਆਇਆ ਸੀ ਖੈਰ ਜੋ ਵੀ ਹੋ ਗਿਆ ਵਧੀਆ ਹੋ ਗਿਆ ਨਾ ਤੇ ਉਸ ਤੋਂ ਬਾਅਦ ਤਾਂ ਠੀਕ ਚੱਲ ਰਿਹਾ ਜੋ ਬਹੁਤ ਸਾਰੇ ਲੋਕਾਂ ਦੇ ਨਾਲ ਏਦਾਂ ਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਉਹ ਪਿਆਰ ਨਹੀਂ ਮਿਲਦਾ ਜਿਹਦੀ ਉਹਨਾਂ ਨੂੰ ਖੁਆਇਸ਼ ਹੁੰਦੀ ਹੈ ਹਰ ਕਿਸੇ ਕੋ ਮੁਕੰਮਲ ਜਹਾਂ ਨਹੀਂ ਮਿਲਦਾ ਪਰ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਕਿ ਜੋ ਤੁਹਾਨੂੰ ਮਿਲ ਜਾਵੇ ਜੋ ਤੁਹਾਨੂੰ ਪਿਆਰ ਕਰੇ ਉਹੀ ਸਭ ਤੋਂ ਉੱਪਰ ਹੈ ਔਰ ਇਸ ਤਰ੍ਹਾਂ ਦੀ ਉਮੀਦ ਕਰਦੇ ਹਾਂ ਕਿ ਤੁਹਾਡੀ ਲਾਈਫ ਦੇ ਵਿੱਚ ਵੀ ਕੋਈ ਆਵੇ ਪਰ ਹਾਂ ਸਭ ਤੋਂ ਵੱਡਾ ਤੁਹਾਡਾ ਪਿਆਰ ਹੈ ਸਿੰਗਿੰਗ ਜਿਵੇਂ ਕਿ ਤੁਸੀਂ ਪਹਿਲਾਂ ਵੀ ਕਿਹਾ ਔਰ ਉਸਨੂੰ ਖੰਭ ਏਦਾਂ ਹੀ ਲੱਗਦੇ ਰਹਿੰਦੇ ਅਪਕਮਿੰਗ ਪ੍ਰੋਜੈਕਟ ਤੇ ਮੈਂ ਆਉਂਦੀ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਦਰਸ਼ਕਾਂ ਨੇ ਕੀ ਸਰਪ੍ਰਾਈਜ਼ ਲੈ ਕੇ ਆ ਰਹੇ ਹੋ ਆਉਣ ਵਾਲੇ ਸਮੇਂ 'ਚ ਮੈਡਮ ਮੇਰਾ ਗੀਤ ਆ ਰਿਹਾ ਹੈ ਜੋ ਤੁਹਾਨੂੰ ਮੈਂ ਤੁਹਾਡੇ ਰੂਪ ਕਰ ਦਿੰਦਾ ਹਾਂ ਜੀ ਹੋ ਜੱਟ ਦਾ ਅੜਬ ਸਭਾ ਅਥਰਾਂ ਦੀ ਖੂਨ ਦਾ ਬਹਾਦੂ ਤੇਰੇ ਲਈ ਕਤਰਾ ਹੋ ਜੱਟ ਦਾ ਹੈ ਅੜਬ ਸਭਾ ਅਥਰਾਂ ਦੀ ਖੂਨ ਦਾ ਬਹਾਦੂ ਤੇਰੇ ਲਈ ਕਤਰਾ ਕੋਈ ਤੈਨੂੰ ਲੰਦ ਜਾ ਕਮੈਂਟ ਮਾਰ ਕੇ ਨਹੀਂ ਆਉਂਦਾ ਨਹੀਂ ਉਹ ਜਰਦਾ ਤੇਰੇ ਯਾਰ ਦੀ ਹਾਂ ਯਾਰ ਦੀ ਚੜ੍ਹਾਈ ਜੂਣੇ ਮੋੜ ਵਰੇ ਕੀ ਨਹੀਂ ਇੱਕੋ ਭੜਕ ਦੇ ਨਾਲ ਬੰਦਾ ਇੱਕੋ ਭੜਕ ਦੇ ਨਾਲ ਬੰਦਾ ਹੈਂਗ ਕਰਦਾ ਸਾਰੇ ਉਹਨਾਂ ਦੀ ਹੈਲਪ ਜ਼ਰੂਰ ਕਰਿਆ ਕਰ ਕੋਈ ਦੁਖੀ ਆ ਉਹਦੀ ਆਤਮਾ ਨੂੰ ਸੁਖੀ ਜ਼ਰੂਰ ਕਰਿਆ ਕਰੋ ਪਰਮਾਤਮਾ ਆਤਮਾ 'ਚ ਹੀ ਵੱਸਦਾ ਆ ਮੰਦਰ ਗੁਰਦੁਆਰਿਆਂ ਦੇ ਵਿੱਚ ਆਪਾਂ ਜਾਂਦੇ ਹਾਂ ਸਾਡਾ ਇੱਕ ਸ਼ਰਧਾ ਆ ਬਹੁਤ ਵੱਛੀ ਗੱਲ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਇੱਕ ਇਹੋ ਜਿਹਾ ਚਲਾਇਆ ਸੀ ਮੁਹਿੰਮ ਚਲਾਈ ਸੀ ਉਹਨਾਂ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਅੱਜ ਉਹ ਅਰਬਾਂ ਖਰਬਾਂ ਚੱਲ ਰਿਹਾ ਹੈ ਅਤੇ ਉਹ ਬਾਬਾ ਜੀ ਦੀ ਇੰਨੀ ਅਪਾਰ ਕਿਰਪਾ ਸਾਰਿਆਂ 'ਤੇ ਬਣੀ ਰਹੇ ਕਿ ਸਾਡਾ ਕੋਈ ਆਂਢ ਗਵਾਂਢ ਜਿੱਥੇ ਵੀ ਕੋਈ ਬੈਠਾ ਆ ਕੋਈ ਸਾਡੇ ਨਜ਼ਦੀਕ ਕੋਈ ਦੁਖੀ ਬੈਠਾ ਹੈ ਉਹਦੀ ਪ੍ਰੋਬਲਮ ਸੋਲਵ ਕਰਨ ਦੀ ਹੈਲਪ ਕਰਨੀ ਚਾਹੀਦੀ ਆ ਅਤੇ ਮੈਂ ਚਾਹੁੰਦਾ ਕਿ ਜੇ ਕਮ ਸੇ ਕਮ ਕੋਈ ਇੱਦਾਂ ਨਹੀਂ ਕਰ ਸਕਦਾ ਕਮ ਸੇ ਕਮ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਜ਼ਰੂਰ ਪਾਇਆ ਕਰੋ ਕਿਉਂਕਿ ਦੁਨੀਆਂ ਦੇ ਲੋਕ ਇਹੋ ਜਿਹੇ ਬੈਠੇ ਜਿਹੜੇ ਹੈਲਪ ਕਰਨ ਲਈ ਬੈਠੇ ਆ ਬਿਲਕੁਲ ਜਿਹੜਾ ਤਾਂ ਜੋ ਸਾਡੇ ਸੰਸਾਰ ਦੇ ਵਿੱਚ ਇੱਕ ਸਾਡਾ ਮੁਹੱਬਤ ਪਿਆਰ ਬਣ ਜਾਏ ਨਿੱਘਾ ਜੋ ਸਾਡਾ ਇਹ ਸੰਸਾਰ ਹੈ ਵਧੀਆ ਚੱਲ ਰਿਹਾ ਇਸ ਪਰਮਾਤਮਾ ਦੇ ਨਾਮ ਨੂੰ ਮੈਂ ਬਸ ਇਹੀ ਚਾਹੁੰਦਾ ਜੀ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਕਿ ਗਾਇਕੀ ਦੇ ਨਾਲ ਨਾਲ ਤੁਸੀਂ ਸਰਬੱਤ ਦਾ ਭਲਾ ਵੀ ਚਾਹੁੰਦੇ ਹੋ ਸਭ ਦੀ ਇੱਛਾ ਤੁਹਾਡੀ ਕਿ ਸਭ ਨੂੰ ਪਿਆਰ ਮਿਲੇ ਸਭ ਨੂੰ ਮੁਹੱਬਤ ਮਿਲੇ ਨਾਲ ਦੇ ਨਾਲ ਸਭ ਨੂੰ ਜੋ ਉਹਨਾਂ ਦਾ ਬਣਦਾ ਹੱਕ ਹੈ ਉਹ ਮਿਲੇ ਕੋਈ ਵੀ ਗਰੀਬ ਵਾਂਝਾ ਨਾ ਰਹੇ ਕਿਸੇ ਵੀ ਸੁਵਿਧਾ ਤੋਂ ਜੋ ਆਮ ਤੌਰ 'ਤੇ ਸਾਨੂੰ ਸਭ ਨੂੰ ਮਿਲੀਆਂ ਹੋਈਆਂ ਨੇ ਮੈਡਮ ਇਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਇਨਸਾਨ ਕਹਿੰਦਾ ਕਿ ਮੈਂ ਕਿਸੇ ਲਈ ਕਰ ਰਿਹਾ ਕੋਈ ਕਿਸੇ ਲਈ ਨਹੀਂ ਕਰਦਾ ਸਭ ਉਹਨੇ ਸੰਬੰਧ ਬਣਾਏ ਪਰਮਾਤਮਾ ਸਾਡੇ ਲੈਣ ਦੇਣ ਦੇ ਸਰ ਉਹ ਚੱਲ ਰਿਹਾ ਮੇਰਾ ਸੌਂਗ ਆਇਆ ਸੀ ਇੱਕ ਬਾਬਾ ਨਾਨਕ ਜੀ ਦਾ ਉਹਦੇ ਤੁਹਾਨੂੰ ਦੋ ਲਾਈਨਾਂ ਸਿਖਾ ਦੱਸ ਲੈ ਜੀ ਕੌਣ ਕਿਸੇ ਨੂੰ ਦਿੰਦਾ ਮਿੱਤਰੋ ਕੌਣ ਕਿਸੇ ਦਾ ਖਾਵੇ ਲੈਣ ਦੇਣ ਦੇ ਸੰਬੰਧ ਬਣੇ ਸਭ ਉਹਦੀਆਂ ਉਹੀ ਹੋ ਜਾਣੇ ਕੌਣ ਕਿਸੇ ਨੂੰ ਦਿੰਦਾ ਮਿੱਤਰੋ ਕੌਣ ਕਿਸੇ ਦਾ ਖਾਵੇ ਲੈਣ ਦੇਣ ਦੇ ਸੰਬੰਧ ਬਣੇ ਸਭ ਉਹਦੀਆਂ ਉਹੀ ਹੋ ਜਾਣੇ ਹਿਸਾਬ ਕਿਤਾਬ ਲਾ ਕੇ ਬੈਠਾ ਉਹ ਦੁਨੀਆ ਚੱਕਰੀ ਗੋਲਦਾ
ਤੱਕੜੀ ਦੇ ਨਾਲ ਬਾਬਾ ਨਾਨਕ ਵਾਹਿਗੁਰੂ 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 ਤੱਕੜੀ ਦੇ ਨਾਲ ਬਾਬਾ ਨਾਨਕ ਜੀ ਤੇਰਾ ਹੀ ਤੇਰਾ ਤੋਲਦਾ ਕਿਆ ਬਾਤ ਹੈ ਜ਼ਮੀਨ ਦੇ ਨਾਲ ਜੁੜੇ ਹੋਏ ਗਾਇਕ ਜਿਹੜੇ ਹਮੇਸ਼ਾ ਇਹ ਚਾਹੁੰਦੇ ਨੇ ਖੂਬਸੂਰਤ ਦਿਲ ਦੇ ਮਾਲਕ ਮੈਂ ਕਹੂੰਗੀ ਕਿ ਜਿਹੜਿਆਂ ਦੀ ਹਮੇਸ਼ਾ ਇਹੀ ਖੁਆਇਸ਼ ਰਹਿੰਦੀ ਹੈ ਕਿ ਕੋਈ ਵੀ ਇਨਸਾਨ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਦੇ ਵਿੱਚ ਹੋਵੇ ਤਾਂ ਉਹਨਾਂ ਦੀ ਹੈਲਪ ਲਈ ਹਮੇਸ਼ਾ ਤਿਆਰ ਰਹਿੰਦੇ ਨੇ ਸਿਰਫ ਗਾਇਕੀ ਨਹੀਂ ਸਿਰਫ ਇਹਨਾਂ ਨੂੰ ਆਪਣੇ ਆਪ ਤੱਕ ਸੀਮਿਤ ਨਹੀਂ ਹੈ ਇਹ ਲੋਕਾਂ ਦੀ ਭਲਾਈ ਵੱਲ ਵੀ ਧਿਆਨ ਦਿੰਦੇ ਨੇ ਯਾਨੀ ਕਿ ਇੱਕ ਸੋਸ਼ਲ ਵਰਕਰ ਵੀ ਨੇ ਸਾਡੇ ਰਸ਼ਪਾਲ ਕੰਦੋਲੀਆ ਜੀ ਰਸ਼ਪਾਲ ਜੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਜੀ ਦਰਸ਼ਕਾਂ ਨੂੰ ਵੈਸੇ ਸਾਰੇ ਸਿਆਣੇ ਹੀ ਆ ਅਸੀਂ ਸੁਨੇਹਾ ਦੇਣ ਵਾਲੇ ਕੌਣ ਹੁੰਦੇ ਹਾਂ ਬਟ ਫਿਰ ਵੀ ਮੈਂ ਇਹ ਗੱਲ ਵਾਰ ਵਾਰ ਇਹ ਕਹਿੰਦਾ ਹਾਂ ਕਿ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਹਮੇਸ਼ਾ ਆਪਣੇ ਛੋਟਿਆਂ ਦੀ ਇੱਜ਼ਤ ਕਰੋ ਜੀ ਕਹੋ ਜੀ ਕਹਾਓ ਕਿਸੇ ਦੀ ਆਤਮਾ ਦੁਖੀ ਨਾ ਕਰੋ ਸਾਰਿਆਂ ਨਾਲ ਦੇ ਨਾਲ ਹਸਮੁੱਖ ਸੁਭਾਅ ਨਾਲ ਰਹੋ ਤਾਂ ਤੁਸੀਂ ਜੇ ਤੁਹਾਡੇ 'ਚ ਇਹ ਗੱਲਾਂ ਸਾਰੀਆਂ ਤੁਹਾਡੇ 'ਚ ਆ ਜਾਂਦੀਆਂ ਨਾ ਫਿਰ ਪਰਮਾਤਮਾ ਤੁਹਾਡੇ ਵਿੱਚ ਆਪ ਵਾਸ ਕਰਨ ਲੱਗ ਪੈਂਦਾ ਤੁਸੀਂ ਆਪਣੇ ਹਰ ਇੱਕ ਰਿਸਪੈਕਟ ਕਰਦੇ ਆਪਣੇ ਪੇਰੈਂਟਸ ਦੀ ਕਰਦੇ ਹਾਂ ਕਿਸੇ ਬਜ਼ੁਰਗ ਦੀ ਕਰਦੇ ਹਾਂ ਸੋ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਰੇ ਮੇਰੇ ਵੀਰ ਜਿੰਨੇ ਵੀ ਆ ਉਹਨਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਕਿ ਵੀਰ ਜੀ ਕਿਸੇ ਦਾ ਦਿਲ ਨਾ ਦਿਖਾਓ ਸਾਰਿਆਂ ਦੀ ਇੱਜ਼ਤ ਕਰੋ ਬਸ ਇਹ ਸੁਨੇਹਾ ਜੀ ਬਹੁਤ ਖੂਬ ਜਿੱਥੇ ਬਹੁਤ ਸਾਰੇ ਲੋਕ ਜਦੋਂ ਸ਼ੋਹਰਤ ਦੀ ਗਲੈਮਰ ਦੀ ਦੁਨੀਆ ਦੇ ਵਿੱਚ ਕਦਮ ਰੱਖਦੇ ਨੇ ਤਾਂ ਉਹਨਾਂ ਦਾ ਦਿਮਾਗ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਹੈ ਪਰ ਸਾਡੇ ਰਸ਼ਪਾਲ ਕੰਦੋਲੀਆ ਜੀ ਜਿਹੜੇ ਅੱਜ ਵੀ ਜ਼ਮੀਨ ਦੇ ਨਾਲ ਜੁੜੇ ਹੋਏ ਨੇ ਤੇ ਅੱਜ ਵੀ ਸਭ ਦੀ ਮਦਦ ਲਈ ਤਿਆਰ ਰਹਿੰਦੇ ਨੇ ਉਹ ਨਾ ਸਿਰਫ ਇੱਕ ਗੀਤਕਾਰ ਗਾਇਕ ਇੱਕ ਖਿਡਾਰੀ ਬਲਕਿ ਇੱਕ ਸੋਸ਼ਲ ਵਰਕਰ ਵੀ ਨੇ ਰਸ਼ਪਾਲ ਕੰਦੋਲੀਆ ਜੀ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਮਜ਼ਾ ਆਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਰੀਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਖੁਸ਼ੀ ਫਿਲਮ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਹਰਮੇਸ਼ ਭਾਅ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਮੇਰੇ ਵੀਰ ਤੁਸੀਂ ਇੰਨਾ ਸਮਾਂ ਸਾਡੇ ਲਈ ਮੇਰੇ ਲਈ ਕੱਢਿਆ ਸੋ ਥੈਂਕ ਯੂ ਵੈਰੀ ਮੱਚ ਤੁਹਾਡਾ ਸਾਥ ਦਿੱਤਾ ਸੀ ਮਿਹਰਬਾਨੀ ਸ਼ੁਕਰੀਆ ਜੀ ਇਸ ਦੇ ਨਾਲ ਹੀ ਖੁਸ਼ੀ ਫਿਲਮ ਦਾ ਪ੍ਰੋਗਰਾਮ ਮਹਿਫਿਲ ਇੱਥੇ ਖਤਮ ਕਰਨ ਦੀ ਮੈਨੂੰ ਦਿਓ ਇਜਾਜ਼ਤ ਪਰ ਹਾਂ ਤੁਸੀਂ ਸਾਡੀ ਵੀਡੀਓਜ਼ ਨੂੰ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਨਾਲ ਹੀ ਘੰਟੀ ਜ਼ਰੂਰ ਵਜਾਉਣਾ